ਸਵਾਗਤ ਆ ਦੋਸਤੋ ਸਫ਼ਰਨਾਮੇ ਦੇ ਸਾਡੇ ਤੀਸਰੇ ਐਪੀਸੋਡ ਦੇ ਵਿੱਚ। ਅੱਜ ਮਨ ਸੀਗਾ ਵੀ ਇੱਕ ਸਫ਼ਰਨਾਮੇ ਦਾ ਐਪੀਸੋਡ ਹੋਰ ਬਣਾਇਆ ਜਾਵੇ, ਅਤੇ ਕਿਉਂਕਿ ਅੱਜ ਆਪਾਂ ਇੱਕ ਮੀਟਿੰਗ ਵੀ ਅਟੈਂਡ ਕਰਨ ਜਾਣੀ ਸੀ ਕਿਉਂਕਿ ਬਾਰਿਸ਼ ਹੋ ਰਹੀ ਸੀ ਸੁਬਹਾ ਦੀ, ਇਸ ਕਰਕੇ ਇੱਕ ਜਿਹੜੀ ਚੀਜ਼ ਆਪਣੇ ਕੋਲ ਟਾਰਗੇਟ ਸੀਗਾ ਵੀ ਆਪਾਂ ਪਹੁੰਚਣਾ ਵੀ ਹਾਂ ਅਤੇ ਆਪਣੀ ਹਾਜ਼ਰੀ ਵੀ ਲਵਾਉਣੀ। ਹੁਣ ਪਾਣੀ ਬਹੁਤ ਜ਼ਿਆਦਾ ਸੀ, ਜਿਹੜੀ ਸੰਬੰਧਿਤ ਜਗ੍ਹਾ 'ਤੇ ਆਪਾਂ ਜਾਣਾ ਸੀ ਉੱਥੇ ਪਹੁੰਚਣ ਲੱਗੇ ਆਪਾਂ ਨੂੰ ਥੋੜ੍ਹੀ ਦਿੱਕਤ ਆ ਰਹੀ ਸੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਖੜਿਆ ਹੋਇਆ ਸੀਗਾ। ਆਪਾਂ ਉਹ ਸਾਹਮਣੇ ਦੇਖੋ ਜੀ ਜਿੱਥੇ ਸਕੋਰਪੀਓ ਗੱਡੀ ਖੜ੍ਹੀ ਉੱਥੇ ਜਾਣਾ, ਪਰ ਹੁਣ ਇੱਥੇ ਆਪਣਾ ਜਾਣਾ ਆਪਾਂ ਨੂੰ ਐਂ ਪੈਣਾ ਸੀ, ਇਸ ਕਰਕੇ ਜੋੜੇ ਉਤਾਰੇ ਅਤੇ ਖਿੱਚ ਲਈਆਂ ਤਿਆਰੀਆਂ ਜੀ ਆਪਾਂ। ਚਲੋ ਜੀ ਫਿਰ ਹੁਣ ਆਪਾਂ ਪਾਣੀ ਵਿੱਚ ਵੀ ਚੱਲਦੇ ਹਾਂ। ਲਓ ਜੀ ਬਾਰਿਸ਼ ਦਾ ਆਨੰਦ ਐਂ ਲਿਆ ਜਾ ਸਕਦਾ ਸੀ ਅਤੇ ਆਪਾਂ ਤੁਰ ਪਏ ਹਾਂ ਜੀ। ਆਪਾਂ ਪਹੁੰਚ ਗਏ ਜੀ ਆਪਣੇ ਸਾਥੀਆਂ ਦੇ ਵਿੱਚ, ਕਿਉਂਕਿ ਜਿਹੜੀ ਮੀਟਿੰਗ ਆਪਾਂ ਅਟੈਂਡ ਕਰਨ ਆਏ ਸੀ ਉੱਥੇ ਆਪਣੇ ਸਾਥੀ ਆਏ ਪਹੁੰਚੇ ਹੋਏ ਆ ਜੀ ਸਾਰੇ। ਇਹ ਤਿਆਰੀਆਂ ਚੱਲ ਰਹੀਆਂ ਜੀ ਆਪਾਂ, ਕਿਉਂਕਿ ਪੰਜਾਬ ਲੈਵਲ 'ਤੇ ਇੱਕ ਮੀਟਿੰਗ ਹੈ ਜੀ ਸਾਡੀ ਕਰਮਚਾਰੀਆਂ ਦੀ, ਉਹਦਾ ਹਿੱਸਾ ਬਣ ਜਾ ਰਹੇ ਸੀ। ਦੁਬਾਰਾ ਫਿਰ ਆਪਾਂ ਬਾਰਿਸ਼ ਦੇ ਸੰਬੰਧ 'ਚ ਹੀ ਗੱਲ ਕਰਦੇ ਹਾਂ। ਦੇਖੋ ਪਾਣੀ ਇੰਨਾ ਸੀ, ਧਮਕੀਆਂ ਹੀ ਦਿੰਦਾ ਸੀ ਵੀ ਘਰੇ ਬੈਠ ਜਾਓ, ਪਰ ਕੰਮਾਂ ਕਾਰਾਂ ਵਾਲੇ ਬੰਦਿਆਂ ਤੋਂ ਕਿੱਥੇ ਬੈਠਿਆ ਜਾਂਦਾ। ਥੋੜ੍ਹੀ ਹੁਣ ਸਾਥੀਆਂ ਦੀ ਗਿਣਤੀ ਵੱਧ ਗਈ ਆ ਜੀ, ਆਉਣੇ ਸ਼ੁਰੂ ਹੋ ਗਏ ਆ, ਕਿਸੇ ਨੇ ਵੀ ਮੀਂਹ ਦੀ ਪਰਵਾਹ ਨਹੀਂ ਕੀਤੀ ਅਤੇ ਸਾਰੇ ਪਹੁੰਚੇ ਆ, ਅਤੇ ਇਹ ਆਪਾਂ ਥੋੜ੍ਹੀ ਰਿਫਰੈਸ਼ਮੈਂਟ ਦਾ ਇੰਤਜ਼ਾਮ ਕੀਤਾ ਹੋਇਆ। ਇਹ ਸਾਡੇ ਮੁਕਤਸਰ ਤੋਂ ਸਾਰੇ ਸਾਥੀ ਆਏ ਹੋਏ ਆ ਜਿਹੜੇ ਮੇਰੇ ਸਾਹਮਣੇ ਵਿੱਚ ਆ ਰਹੇ ਨੇ ਵੀਰੇ ਵੀਰ, ਅਤੇ ਇਹ ਸਾਡੇ ਸਾਰਿਆਂ ਤੋਂ ਸੀਨੀਅਰ ਮੁਲਾਜ਼ਮ ਨੇ ਜੀ, ਬਹੁਤ ਸਾਡੇ ਸਤਿਕਾਰਯੋਗ ਨੇ। ਇਹ ਸਾਡੇ ਫਾਰਮਿਸਟ ਰਾਜਵਿੰਦਰ ਜੀ ਅਤੇ ਇੱਧਰ ਆਪਣਾ ਚਾਹ ਪਾਣੀ ਦਾ ਵੀ ਇੰਤਜ਼ਾਮ ਪੂਰਾ ਕੀਤਾ ਹੋਇਆ ਜੀ। ਅਤੇ ਜੀ ਜਜ਼ਬੇ ਆਹ ਭਰਾ ਵੇਖੋ ਪੂਰਾ ਭੱਜ ਗਿਆ, ਰੋਮ ਰੋਮ ਭੱਜ ਗਿਆ ਅਤੇ ਦੇਖੋ ਤੁਸੀਂ ਇਹ ਹੁੰਦੇ ਯੋਧੇ ਜਿਨ੍ਹਾਂ ਨੇ ਆਉਣਾ। ਹਾਂ ਪਹਿਲਾਂ ਤਾਂ ਵੀਰ ਆਪਣਾ ਛਕੋ ਜੀ, ਤੁਸੀਂ ਚਾਹ ਪਾਣੀ ਛਕੋ ਹੈ ਨਾ। ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਅੱਜ ਦੇ ਦਿਨ ਦੀ। ਸਾਥੀਓ ਮਿੱਥੇ ਦਿਨ ਨੂੰ ਕਦੇ ਨਾ ਤਿਆਗੋ, ਜੇ ਕੋਈ ਪ੍ਰੋਗਰਾਮ ਮਿੱਥਿਆ ਇਹ ਨਾ ਵੇਖੋ ਮੀਂਹ ਆ ਕਣੀ ਆ, ਆਪਦਾ ਪਹੁੰਚੋ ਠੀਕ ਹੈ ਨਾ ਜੀ। ਬੰਦਾ ਬਹੁਤ ਉੱਚੀ ਸ਼ਖਸੀਅਤ ਹੈ, ਇਹਨੂੰ ਕੋਈ ਵੀ ਕੁਦਰਤੀ ਆਫਤ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਇਹਨੂੰ ਰੋਕ ਨਹੀਂ ਸਕਦੀ। ਇਸੇ ਤਰ੍ਹਾਂ ਅੱਜ ਆਪਾਂ ਇਹ ਪ੍ਰੋਗਰਾਮ ਨੂੰ ਆਪਣਾ ਦਿੱਤਾ ਹੋਇਆ ਪ੍ਰੋਗਰਾਮ ਸੀ ਉਹਦੀ ਰੂਪ ਰੇਖਾ 'ਚ ਕੋਈ ਕਮੀ ਨਹੀਂ ਆਉਣ ਦਿੱਤੀ, ਅਤੇ ਪਰਮਾਤਮਾ ਦੀ ਮਿਹਰ ਨਾਲ ਬਹੁਤ ਵਧੀਆ ਤਰੀਕੇ ਨਾਲ ਇਹ ਬਿੰਨੇ ਲੱਗਿਆ ਜੀ। ਅਤੇ ਆਪ ਸਭ ਸਾਡੇ ਇਸ ਸਫ਼ਰਨਾਮੇ ਦੇ ਐਪੀਸੋਡ ਨਾਲ ਜੁੜੇ ਹੋ, ਤੁਹਾਡਾ ਬਹੁਤ ਧੰਨਵਾਦ, ਅਤੇ ਅੱਗੇ ਵੀ ਆਪਾਂ ਇਸੇ ਤਰ੍ਹਾਂ ਹੀ ਸਫ਼ਰਨਾਮੇ ਦੇ ਐਪੀਸੋਡ ਬਣਾਉਂਦੇ ਰਹਾਂ।